मिंटू ब्रैड जी, एक जड़ा पिछले दिन साढ़े पंजाब दे अखबार दे विच एक आर्टिकल पढ़न नूं आया कि एक साढ़े डॉक्टर साहब आए ने गए, उन्होंने जाके उत्थों दा जड़ा माहौल देखिया, उत्थों दा जो उन्होंने बयान किया कि माहौल बहुत ही गंदला हो चुका है, उत्थों जिहड़ियां साडियां इत्थों धीआं भैणां गईआं ने उन्हां नूं बड़ा ही माड़ा जीवन जिहड़ा उत्थे जीना पै रिहा, या जिहड़े साडे इत्थों बच्चे गए ने, जिहड़े इत्थों पढ़न लई गए ने, जिहड़े अपना फ्यूचर बनाउण लई गए ने, उन्हां नूं उत्थे चोरियां तक करनियां पै रहियां बिकॉज उत्थे काम नहीं हैगा। कि तुसीं उत्थे रहिंदे हो, तुहानूं उत्थों तुसीं उत्थों दी पत्रकारिता नाल जुड़े होए हो, जिहड़ा मेन काज है ना, तुसीं सारा कुछ वाचिया, तुहानूं की लगदा वी इह कित्थों तक सही है? ओवरऑल जे मैं कहांगा तां तत्थां ते आधारित लेख नहीं सी। 15 ਦਿਨਾਂ ਦੇ ਵਿੱਚ ਤੁਸੀਂ ਕਿਸੇ ਵੀ ਇੱਕ ਮੁਲਕ ਨੂੰ ਪੂਰੀ ਤਰ੍ਹਾਂ ਨਾਲ ਜੱਜ ਨਹੀਂ ਕਰ ਸਕਦੇ। ਕਈ ਵਾਰ ਇਦਾਂ ਹੁੰਦਾ ਵੀ ਤੁਸੀਂ ਇੱਕ ਫੀਲਡ ਦੇ ਮਾਸਟਰ ਹੁੰਦੇ ਹੋ, ਤੁਸੀਂ ਉਸ ਫੀਲਡ 'ਚ ਬਹੁਤ ਵਧੀਆ ਕਰ ਸਕਦੇ ਹੁੰਦੇ ਹੋ, ਪਰ ਤੁਸੀਂ ਜੇ ਦੂਜੀ ਫੀਲਡ ਦੇ ਵਿੱਚ ਕੁਝ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਸ ਖੈਰ ਤੁਸੀਂ ਗਲਤ ਵੀ ਕਰ ਸਕਦੇ ਹੋ, ਜਾਂ ਸੁਣੀ ਸੁਣਾਈ ਗੱਲ ਕਰੋਗੇ ਤਾਂ ਵੀ ਗਲਤ ਕਰ ਸਕਦੇ ਹੋ। ਜੇ ਤੁਸੀਂ 1 ਜਾਂ 2% ਲੋਕਾਂ ਨੂੰ ਮਿਲ ਕੇ ਤੇ ਸਾਰਿਆਂ ਦੇ ਉੱਤੇ ਉਹੀ ਇਲਜ਼ਾਮ ਲਾਉਣੇ ਹੋ ਤਾਂ ਮੈਂ ਤਾਂ ਇਸ ਵਾਸਤੇ ਰਾਜ਼ੀ ਨਹੀਂ। ਜਦੋਂ ਵੀ ਸਟੂਡੈਂਟਸ ਤੇ ਅਟੈਕ ਹੋਏ ਜਾਂ ਕੁਝ ਵੀ ਗਲਤ ਹੋਇਆ, ਮੈਂ ਲਿਖਿਆ ਜੇ ਸਟੂਡੈਂਟ ਬੁਰੇ ਸੀ ਤਾਂ ਮੈਂ ਸਟੂਡੈਂਟਸ ਨੂੰ ਬੁਰਾ ਲਿਖਿਆ, ਪਰ ਅੱਜ ਮੈਂ ਪੂਰਨ ਰੂਪ 'ਚ ਸਟੂਡੈਂਟਸ ਦੇ ਨਾਲ ਖੜਾ, ਕਿਉਂਕਿ ਜੋ ਉਹਨਾਂ ਨੇ ਇੱਕ ਇਹੋ ਜਿਹੀ ਕਿਸਮ ਦੀ ਉਹ ਆਰਟੀਕਲ ਦੇ ਵਿੱਚ ਲਿਖਿਆ ਗਿਆ, ਉਹਨਾਂ ਨੇ ਹਰ ਤੀਜੀ ਕੁੜੀ ਨੂੰ ਵੇਸ਼ਵਾਪੁਣਾ ਕਰਨ ਤੇ ਮਜਬੂਰ ਲਿਖਿਆ, ਉਹਨਾਂ ਨੇ ਮੁੰਡਿਆਂ ਨੂੰ ਚੋਰੀਆਂ ਕਰਨ ਲਈ ਮਜਬੂਰ ਦੱਸਿਆ, ਉਹਨਾਂ ਨੇ ਇੱਥੋਂ ਤੱਕ ਗੁਰਦੁਆਰਿਆਂ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਨੇ ਕਿਹਾ ਵੀ ਗੁਰਦੁਆਰਿਆਂ 'ਚ ਵੀ ਲੱਚਰਤਾ। ਤੇ ਦੂਜਾ ਉਹਨਾਂ ਨੇ ਇੱਕ ਹੋਰ ਮੇਨ ਉਹ 'ਚ ਗੱਲ ਲਿਖੀ ਹੈ, ਉਹਨਾਂ ਨੇ ਲਿਖਿਆ ਵੀ ਬੱਚੇ ਜੂਠੇ ਭਾਂਡਿਆਂ 'ਚੋਂ ਖਾ ਕੇ ਤੇ ਫਿਰ ਗੁਜ਼ਾਰਾ ਕਰਦੇ ਆ। ਇਹ ਸਾਰੀਆਂ ਤੱਥਾਂ ਤੋਂ ਰਹਿਤਾ ਗੱਲਾਂ ਜੀ, ਇਹਨਾਂ ਦੇ ਵਿੱਚ ਕੋਈ ਵੀ ਸੱਚਾਈ ਨਹੀਂ। ਇਹ ਤਾਂ ਇੱਕ ਜੇ ਤੁਸੀਂ ਪਿੰਡ ਦੇ ਵਿੱਚ ਵੀ ਕਿਸੇ ਨੂੰ ਗੱਲ ਕਰੋਗੇ ਤਾਂ ਜਿੱਥੇ ਗੁਰੂ ਘਰ ਆ, ਤੁਸੀਂ ਇਹ ਦੇਖੋ ਵੀ ਆਸਟ੍ਰੇਲੀਆ ਦੇ ਹਰ ਸ਼ਹਿਰ ਦੇ ਵਿੱਚ 3-3, 4-4 ਗੁਰੂ ਘਰ ਨੇ ਅੱਜ, ਤੇ ਕਿਸੇ ਵੀ ਗੁਰੂ ਘਰ ਦੇ ਵਿੱਚ ਤੁਸੀਂ ਜਾ ਕੇ ਲੰਗਰ ਛਕ ਸਕਦੇ ਹੋ। ਮੈਨੂੰ ਨਹੀਂ ਲੱਗਦਾ ਵੀ ਕਿਸੇ ਸਟੂਡੈਂਟ ਨੂੰ ਕਿਸੇ ਗੁਰੂ ਘਰ ਨੇ ਵਾਪਸ ਕਰਿਆ ਹੋ ਵੀ ਤੂੰ ਲੰਗਰ ਨਹੀਂ ਤੈਨੂੰ ਮਿਲੂਗਾ, ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਜੂਠ ਖਾ ਕੇ ਟਾਈਮ ਪਾਸ ਕਰਨਾ ਪਊਗਾ। ਇਸ ਕਰਕੇ ਸਭ ਕੁਝ ਤੱਥਾਂ ਤੇ ਆਧਾਰਿਤ ਨਹੀਂ ਸੀ, ਇੱਕ ਸਟੋਰੀ ਸੀ, ਕਹਾਣੀ ਸੀ, ਜਾਂ ਕਹਿ ਸਕਦੇ ਹਾਂ ਫੋਕੀ ਸ਼ੋਹਰਤ ਹਾਸਲ ਕਰਨ ਲਈ ਸੀ ਇਹ ਸਭ ਕੁਝ, ਪਰ ਇਹਦਾ ਖਮਿਆਜ਼ਾ ਉਸ ਰਾਈਟਰ ਨੂੰ ਭੁਗਤਣਾ ਪੈਣਾ, ਕਿਉਂਕਿ ਅੱਜ ਤੁਸੀਂ ਦੇਖਿਆ ਆਸਟ੍ਰੇਲੀਆ ਦੇ ਵਿੱਚ ਇਸ ਦੇ ਉਲਟ ਆਵਾਜ਼ ਉੱਠ ਰਹੀ ਆ। ਅੱਜ ਸਾਰੀ ਆਸਟ੍ਰੇਲੀਆ ਦੀ ਪ੍ਰੈਸ ਨੇ ਨਿੰਦਿਆ ਦਾ ਕਾਨਫਰੰਸ ਕਰਨੀ ਆ ਤੇ ਉਹਦੇ ਵਾਸਤੇ ਜਾਰੀ ਕੀਤਾ। ਇਸ ਕਰਕੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ, ਇੱਥੋਂ ਤੱਕ ਕਿ ਅੱਜ ਹੀ ਮੈਨੂੰ ਇੱਕ ਫੋਨ ਕਾਲ ਮਿਲੀ ਹੈ ਇੱਕ ਗੁਰਦੁਆਰਾ ਸਾਹਿਬ ਤੋਂ, ਉਹ ਇਹ ਕਹਿ ਰਹੇ ਆ ਵੀ ਅਸੀਂ ਪਛਤਾ ਰਹੇ ਹਾਂ ਉਹਨਾਂ ਨੂੰ ਨਗਦ ਇਨਾਮ ਦੇ ਕੇ ਤੇ ਸਨਮਾਨ ਕਰਕੇ। ਕਹਿੰਦੇ ਅਸੀਂ ਨਹੀਂ ਸੋਚਿਆ ਸੀ ਵੀ ਅਸੀਂ ਗੁਰਦੁਆਰਾ ਦੇ ਗੋਲਕ 'ਚੋਂ ਕੱਢ ਕੇ ਪੈਸੇ ਦੇਵਾਂਗੇ ਤੇ ਉਹ ਇਹ ਕੁਛ ਸਾਡੇ ਤੇ ਲਿਖਣਗੇ, ਤੇ ਉਹ ਅੱਜ ਇੱਥੋਂ ਤੱਕ ਭਾਵਕ ਸੀ, ਉਹ ਕਹਿੰਦੇ ਵੀ ਅਸੀਂ ਆਪਦੀ ਜੇਬ 'ਚੋਂ ਗੁਰਦੁਆਰੇ ਦੇ ਗੋਲਕ 'ਚ ਪੈਸੇ ਵਾਪਸ ਪਾ ਰਹੇ ਹਾਂ। ਤੁਹਾਨੂੰ ਵੀ ਇਹ ਨਹੀਂ ਲੱਗਦਾ ਕਿ ਦੇਖੋ ਧੂੰਆਂ ਉੱਥੇ ਹੀ ਹੁੰਦਾ ਜਿੱਥੇ ਕਿਤੇ ਅੱਗ ਹੋਵੇ? ਇਹ ਬਿਲਕੁਲ ਅਸੀਂ ਇਹ ਨਹੀਂ ਕਹਿ ਸਕਦੇ ਵੀ ਧੂੰਆਂ ਐਵੇਂ ਉੱਡ ਪਿਆ, ਦੇਖੋ ਕਿਤੇ ਨਾ ਕਿਤੇ ਤਾਂ ਅੱਗ ਹੋਏਗੀ। ਜਿਹੜਾ ਬੀਬਾ ਜੀ ਨੇ ਲੇਖ ਲਿਖਿਆ ਉਹਨਾਂ ਨੇ ਜੋ ਲਿਖਿਆ ਤੇ ਕਿਤੇ ਕੁਛ ਨਾ ਕੁਛ ਤਾਂ ਉਹਦੇ 'ਚ ਸੱਚਾਈ ਹੋਏਗੀ ਨਾ? ਬਿਲਕੁਲ ਜੀ, ਜੇ ਜਿਸ ਤਰ੍ਹਾਂ ਤੁਸੀਂ ਕੋਈ ਵੀ ਚੀਜ਼ ਦੀ ਗਿਣਤੀ ਕੀਤੀ ਜਾਂਦੀ ਹੈ, ਗਿਣਤੀ ਕਰਨ ਤੋਂ ਉਹਦੇ ਵਿੱਚ ਉਹਦਾ ਰੇਸ਼ੋ ਕੱਢਿਆ ਜਾਂਦਾ। ਹੁਣ ਜਿੱਦਾਂ ਆਸਟ੍ਰੇਲੀਆ ਦੇ ਵਿੱਚ 1.5 ਲੱਖ ਦੇ ਕਰੀਬ ਸਟੂਡੈਂਟਸ ਹਨ ਤੇ ਉਹਨਾਂ 'ਚੋਂ ਅੱਧ ਤੋਂ ਜ਼ਿਆਦਾ ਲੜਕੀਆਂ, ਜਿਵੇਂ 75,000 ਤੁਸੀਂ ਕਹਿ ਸਕਦੇ ਹੋ ਲੜਕੀਆਂ ਉੱਥੇ, ਤੇ ਬੀਬਾ ਜੀ ਨੇ ਲਿਖਿਆ ਵੀ ਹਰ ਤੀਜੀ ਕੁੜੀ, ਤਾਂ ਮੀਨਸ 25,000, ਤੇ 25,000 ਦਾ ਅੰਕੜਾ ਤਾਂ ਤੁਸੀਂ ਮੇਰੇ ਹਿਸਾਬ ਨਾਲ ਤਾਂ ਦਿੱਲੀ ਤੇ ਕਲਕੱਤਾ ਦੇ ਬਦਨਾਮ ਏਰੀਆ 'ਚੋਂ ਵੀ ਨਹੀਂ 25,000 ਵੇਸ਼ਵਾਪੁਣੇ 'ਚ ਤੁਸੀਂ ਕੁੜੀਆਂ ਲੱਭ ਸਕਦੇ, ਤੇ ਆਸਟ੍ਰੇਲੀਆ ਦੇ ਵਿੱਚ ਤਾਂ ਹੋਣਾ ਹੀ ਕੀ ਆ। ਜੇ 1-2-4 ਕੇਸ ਕੋਈ ਗਲਤ ਰਾਹੇ ਪੈ ਗਿਆ ਬੱਚਾ, ਮਾਂ ਬਾਪ ਦਾ ਡਰ ਨਹੀਂ ਸੀ ਜਾਂ ਕੋਈ ਕਹਿ ਸਕਦੇ ਹਾਂ ਵੀ ਮਜਬੂਰੀਆਂ ਦੇ ਹਾਲਤ 'ਚ ਕੋਈ ਗਲਤ ਰਾਹੇ ਪੈ ਗਿਆ, ਤਾਂ ਉਹਦਾ ਮਤਲਬ ਇਹ ਨਹੀਂ ਸੀ ਵੀ ਆਪਾਂ ਚਿੱਕੜ ਸਾਰੀ ਦੁਨੀਆ ਤੇ ਸਿੱਟੀਏ ਜਾਂ ਚਿੱਕੜ ਸਾਰੇ ਸਟੂਡੈਂਟਸ ਤੇ ਸਿੱਟੀਏ। ਹੁਣ ਤੁਸੀਂ ਨਤੀਜਾ ਦੇਖੋਗੇ, ਦਿੱਲੀ ਏਅਰਪੋਰਟ ਤੋਂ ਜਦੋਂ ਆਸਟ੍ਰੇਲੀਆ ਤੋਂ ਵਾਪਸ ਆਈ ਕੁੜੀ ਉਤਰੂਗੀ, ਉਹ ਕਿਹੜੇ ਮੂੰਹ ਨਾਲ ਉਤਰੂਗੀ? ਕੀ ਹੁਣ ਇਹ ਦੇਖਿਆ ਜਾਊਗਾ? ਉਹਨਾਂ ਨੇ ਕਿਹਾ ਵੀ ਮੈਨੂੰ ਬਹੁਤ ਸਾਰੀਆਂ ਪ੍ਰੈਗਨੈਂਟ ਕੁੜੀਆਂ ਮਿਲੀਆਂ ਜਿਨ੍ਹਾਂ ਦੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੇਰੇ ਬੱਚੇ ਦਾ ਬਾਪ ਕੌਣ ਆ। ਇਹ ਤਾਂ ਕੋਈ ਹਜ਼ਮ ਹੋਣ ਵਾਲੀ ਗੱਲ ਨਹੀਂ ਹੈਗੀ। ਜਿਹੜੇ ਮੁਲਕ ਦੇ ਵਿੱਚ ਇਹੋ ਜਿਹੀ ਕੋਈ ਰੋਕ ਟੋਕ ਨਹੀਂ, ਕੋਈ ਪ੍ਰੋਬਲਮ ਨਹੀਂ, ਉੱਥੇ ਇਹੋ ਜਿਹੀਆਂ ਗੱਲਾਂ ਸੁਣ ਕੇ ਹਾਸੋ ਹੀਣੀਆਂ ਗੱਲਾਂ ਲੱਗਦੀਆਂ, ਹੋਰ ਕੁਛ ਨਹੀਂ ਹੈ ਜੀ। ਜਿਹੜਾ ਇਹਨਾਂ ਨੂੰ ਇਹ ਕਹਿ ਰਹੇ ਵੀ ਇੱਕ ਇੱਕ ਕਮਰੇ ਦੇ ਵਿੱਚ 8-8 ਮੁੰਡਿਆਂ ਦੇ ਨਾਲ ਰਹਿਣਾ ਪੈ ਰਿਹਾ ਸਟੂਡੈਂਟਸ ਨੂੰ, ਬੜਾ ਮਤਲਬ ਦੇਖੋ ਉਹ ਕੋਈ ਵੱਡੀ ਗੱਲ ਨਹੀਂ। ਜੇ ਅਸੀਂ ਇੱਥੇ ਵੀ ਬੱਚੇ ਹੋਸਟਲ ਦੇ ਵਿੱਚ ਰਹਿੰਦੇ ਨੇ ਤਾਂ ਇਕੱਠੇ ਰਹਿੰਦੇ ਨੇ, 8-8, 9-9 ਮੁੰਡੇ ਇਕੱਠੇ ਰਹਿੰਦੇ ਨੇ ਜਾਂ 7-7, 8-8 ਕੁੜੀਆਂ ਇਕੱਠੀਆਂ ਰਹਿੰਦੇ ਨੇ। ਇੱਕ ਉਹਦੇ ਵਿੱਚ ਉਹਨਾਂ ਨੇ ਲੇਖ ਦੇ ਵਿੱਚ ਇਹ ਵੀ ਮੈਂ ਪੜਿਆ ਸੀਗਾ ਕਿ ਇੱਕ ਦੁਆਬੇ ਦਾ ਮੁੰਡਾ ਜਿਹਦੇ ਕੋਲ 100 ਕਿੱਲੇ ਜ਼ਮੀਨ ਸੀ, ਅੱਜ ਉਹ ਬੰਦਾ ਉੱਥੇ ਲੇਬਰ ਦਾ ਕੰਮ ਕਰ ਰਿਹਾ, ਉਹ ਵਾਪਸ ਨਹੀਂ ਆਉਣਾ ਚਾਹੁੰਦਾ। ਮਤਲਬ ਇਹ ਇਸ ਤਰ੍ਹਾਂ ਦੇ ਵੀ ਉੱਥੋਂ ਦੇ ਕੇਸ ਹੈਗੇ ਨੇ। ਨਹੀਂ, ਉਹਨਾਂ ਨੇ ਇਹ ਵੀ ਲਿਖਿਆ ਉਹ ਵਾਪਸ ਕਿਉਂ ਨਹੀਂ ਆਉਣਾ ਚਾਹੁੰਦਾ, ਉਹ ਕਹਿੰਦਾ ਮੇਰੀ 100 ਕਿੱਲਾ ਜ਼ਮੀਨ ਵੇਚ ਕੇ ਮੈਂ ਆਸਟ੍ਰੇਲੀਆ ਆਇਆ। ਹੁਣ ਇਹ ਤਾਂ ਇੱਕ ਸਟੋਰੀ ਆ, ਇਹ ਕਹਾਣੀ ਕਿਸੇ ਮੂਹਰੇ ਵੀ ਪਾਉਂਗੇ ਤਾਂ ਇਹ ਕਹਾਣੀ ਦਾ ਉਹੀ ਨਤੀਜਾ ਕੱਢੇਗਾ ਵੀ ਦੁਆਬੇ ਦੇ ਵਿੱਚ ਪਹਿਲੀ ਗੱਲ ਤਾਂ ਅੱਜ ਦੇ ਯੁੱਗ 'ਚ 100 ਕਿੱਲਾ ਜ਼ਮੀਨ ਹੀ ਹੈ ਨਹੀਂ। ਜੇ 100 ਕਿੱਲਾ ਜ਼ਮੀਨ ਕਿਸੇ ਕੋਲੇ ਹੈ, ਚੱਲ ਉਹ ਵਿਦੇਸ਼ ਵੀ ਜਾ ਵੜਿਆ ਕਿਸੇ ਮੇਰੇ ਵਰਗੇ ਵਾਂਗੂ ਭਵਿੱਖ ਦੇ ਝਾਕ 'ਚ ਵੀ ਮੈਂ ਖੁਦ ਕੁਛ ਬਣਨਾ, ਤਾਂ ਉਹਨੂੰ ਵੇਚ ਕੇ ਜਾਣ ਦੀ ਲੋੜ ਨਹੀਂ ਸੀਗੀ।
चलो जे बेच के भी गया तो 100 किला तो सारे के सारे पिंड नूं दुआबा भेज दूगा, एक बंदे पिछे 100 किला बिकन वाली कोई गल नहीं, वो कदों भी आपके पिंड वापस आ सकता। यह तो सिर्फ मनघड़त कहानियां ते स्टोरियां, इस तों वध कुछ नहीं कहांगा जी मैं। एक मिंटू जी, जिहड़ा अखबारां दे विच असीं अक्सर पढ़ते हैं कि जिहड़ी फेक रिश्तेदारी जिहड़ी हुंदी है, कोई भावें भैण है वो अपने भरा नाल विआह करा के उत्थे फेक विआह करा के चली जांदी है, या हुण पिछले दिन अखबार दे विच एक खबर पढ़न नूं मिली है कि एक कुड़ी ने बाहरों, जिहड़ा मुंडा बाहरों नहीं आ सकिया पर उह बाहर दा सीगा, उहदी फोटो दे नाल विआह करवाया, कि इह विआह विआह मन्निया जाएगा विआह? नहीं जी, ये रुझान बिल्कुल गलत है जी, मैं इहदे टोटली उलटा, क्योंकि जो भी तुसी किसे किस्म दा, मैं पहला कह के उठा भी सीधी उंगल नाल क्यों कटो, जदों सीधे नाल सारा कुछ हो ही जांदा। आस्ट्रेलिया दे विच एडा ईजी वीजा मिल रहा सी सीधे ढंग नाल जाके, तो की लोड़ आ भैण भरा नूं विआह करन दी, की लोड़ आ इहो जिहे रिश्तियां दा घाण करन दी। इह चीजां तों मैं खिलाफ हाँ, ते इहदे खिलाफ मैं लिखिया भी आ ते अगे भी लिखदा रहांगा। मैं कदे भी इस गल तों किसे तों डरिया नहीं, कदे पिछे नहीं हटिया, जो किसे दी मैनूं समस्या लगदी है मैं उहदे मौके ते लिखदा, ते तुसी मेरे लेख ऑनलाइन किते भी पढ़ सकदे हो। मिंटू ब्राजी, तुहाडी इक किताब भी आ रही है दो देशां ते, आस्ट्रेलिया ते हिंदुस्तान, उहदे अंदरला खरड़ा की होएगा? खरड़ा देखो जी, मैं आम बंदे दी भाषा च, सिंपल भाषा दे विच, ना कि उहनूं ज्यादा साहित्यक भाषा देऊंगा, आम बंदे दी भाषा दे विच मैं उहनूं लिख रहा जिहदा कि मैं एक रख्या भी दो मुल्कां दी दास्तान, आस्ट्रेलिया बनाम हिंदुस्तान, उहदे विच मैं 20 चैप्टर दे रहा, हर चैप्टर एक वखरा होवेगा, जिदा कि एक मैं मौसम से लिख रहा, अगला मैं उहदे सिस्टम से लिख रहा, अगला पहरावे से लिख रहा। इस करके उम्मीद आ मेरी उह बुक की बड़ी बेसबरी नाल इंतजार कर रहे पबलिशर भी, ते 2-3 महीनों च मैं लोगों के कोले पेंट करन की कोशिश करूंगा। मिंटू बराज जी, थोड़े कुछ नाम पै चुके ने, जिवें 11 दा यार, या एक उहदे नाल 11 दे यार दे नाल एक तुहानूं गद्दार की पदवी भी मिली है। बिल्कुल जी, वह की है? यह मैनूं दोने पदवियां देण वाले मेरे वीर लोग ही है जी, मेरी उत्थे आदत रही है, मैं क्योंकि इत्थे सहारा वेलफेयर क्लब नाल जुड़िया होया सी, जिहनूं बारे तुसीं जानदे हो, जिहदा मेन काम आ बेसहारा नूं सहारा देना। मैं 10 साल उस क्लब नाल जुड़िया रहा, जदों मैं इंडिया छड्डिया मैनूं नहीं उन्ना दुख घर छड्डण दा नहीं होया जिन्ना मैनूं सहारा छड्डण दा होया सी, उही मैं जाके उत्थे शुरू कीता, मैं मदद करनी शुरू कीती। उत्थे ब्लेम लगदा वी लोकी सद लैंदे आ फिर फोन ऑफ कर लैंदे आ, पर मेरा फोन 24 घंटे ऑन हुंदा सी, ते मैं हर बंदे नूं जिन्ना जोगा सी मदद करदा रहा। उस तों लोकां ने मैनूं खुद ही टाइटल दिता वी इहदा 11 दा यार है, ते उन्हां ने मेरी एक किसी संस्था ने मेरी साइट भी चलाई हुई है 11 दा यार मिंटू बराड़, ते मैं बड़ा धन्नवादी उन्हां ने मैनूं इस काबल समझिया, ते मैं उदों भी धन्नवादी हां जिन्हां ने मैनूं गदार कहा। वो गदार कहण वाले उदों ही सी जद मैं मीडिया दे विच उछाल हो रही सी गल दी वी नस्ली हमले हो रहे आ, ते मैं कल्ला ने रौला पाया भी नस्ली हमले है ही नहीं, जद मैं एक टीवी चैनल नूं फोन कीता भी ये की कर रहे हो तुसीं, कोई जिम्मेवारी भरी खबर दिखाओ, वो कहिंदे जी असीं तां उही दिखावांगे जो लोग देखना चाहुंदे आ। मैं कहा भी ये तां कोई जिम्मेवारी नहीं हैगी, तुसीं इह उह दिखाओ जो सच आ, तां वो कहिंदे कि तूं तेरे वर्गे गदार आ गए इस मीडिया च, तां ही सानूं 4 पैसे नहीं बना सकदे असीं। वह बड़ा रिस्पोंसिबल चैनल सी, पर जदों उन्हां दी सोच इह जी सी तां फिर मैं गदार दी उपाधि लैणी भी चंगी समझी, भी इह भी बहुत वधिया उपाधि उन्हां ने मैनूं दित्ती है। बहुत वधिया गल है, गद्दार जिहड़ी इन्हां नूं 11 दा यार ते गद्दार दो पदवियां मिलिया ने। बिल्कुल इन्हां दी गल भी सही है कि जे इह किसी दा फायदा करके गद्दार कहाउंदे ने तां उहदे च कोई माड़ी गल नहीं, 11 दे यार तां इह पहलां दे सीगे। पर मिंटू बराड़ जी दीआं गल्लां तों सानूं इक गल जिहड़ी सीखणी चाहीदी है, उह इह भी जरूरी नहीं कि जो तुसीं कई वारी देख रहे हो वह सच होवे, कई वारी तुहाडियां अक्खां भी धोखा खा जांदियां ने, कल तुहाडे जो सुणदे ने जरूरी नहीं भी वह बिल्कुल सच ही होवे, बंदे नूं आप देखना चाहीदा, आप उहनूं पूरा वाचना चाहीदा, उहनूं पूरी कोख करनी चाहिए, फिर उहदे ते अमल करना चाहिए। बाकी जिहड़ी गल चली सी आस्ट्रेलिया दे विच उत्थे नस्ली जो विवाद चलिया सीगा, मिंटू बराड होणा दे अख अनुसार कि उत्थे कोई एडा नस्ली विवाद नहीं सी, साडे जिहड़े पंजाबी इत्थों स्टूडेंट्स गए सीगे उन्हां ने उत्थे जाके जिहड़ा माहौल उन्हां नूं उस तरह का खुला माहौल मिलिया, ते असीं पंजाबी वैसे भी बहुत खुले दिल दे हुंदे आ, उत्थे पूरा इंजॉय करना चाहिया, जिहदे नाल पंजाबी क्योंकि पंजाबियां च अणख बहुत हुंदी है, इन्हां ने उत्थे जाके अपनी अणख नूं, इन्हां दी अणख नूं किसी ने वंगारिया होणा तां इह उत्थे लड़ पए, तो उह जिहड़ी लड़ाई है थोड़ी बहुत हाथा पाई होई उहनूं इन्हां ने नस्ली जिहड़ा विवाद प्रैस ने दे दित्ता, हो सकता कितने ना कितने भी वह नस्ली विवाद भी होवे, पर सानू सारियां गल्लां जिहड़ियां ने वो ये मन के नहीं चलना चाहिए कि सारा ही नस्ली विवाद सी, सारा ही उन्होंने बच्चों का कसूर सी जिहड़े इत्थों गए ने। बाकी जिहड़े बच्चे होर इत्थों जाना चाहते हैं उन्होंने भी मैं एक बार फिर दसा कि आस्ट्रेलिया ने जिहड़े हुण सख्त असूल कर दिते ने, जिहड़े अपने रूल ने उन्होंने होर ज्यादा जिहड़ा स्ट्रोंग कर दिता है, पर फिर भी तुसीं उत्थे जा सकते हो, कितने भी तुसीं जाना, आस्ट्रेलिया जाना, इंग्लैंड जाना, कैनेडा जाना, अपना फ्यूचर बनाना, उत्थे जाओ, अपनी पंजाबीयत की छाप छड्डो।